ਗੁਰੂ ਨਾਨਕ ਸਾਹਿਬ ਨੇ ਇਹ ਪਾਵਨ ਬਚਨ ਆਖੇ ਸਨ ਜਦ ਸਮਾਜ ਦੇ ਹਾਲਾਤ ਇਹੋ ਜਿਹੇ ਬਣ ਗਏ ਸਨ ਸੋ ਆਓ ਪਹਿਲੇ ਸਭ ਤੋਂ ਪਹਿਲਾਂ ਗੁਰੂ ਫਤੀ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਇਹੋ ਜਿਹੇ ਹਾਲਾਤ ਬਣੇ ਪਏ ਨੇ ਕਿਉਂਕਿ ਜਿਹੜੇ ਰਾਜੇ ਨੇ ਸੱਚੇ ਪਾਤਸ਼ਾਹ ਗੁਰਬਾਣੀ ਚ ਕਹਿੰਦੇ ਨੇ ਰਾਜੇ ਚੁਲੀ ਨਿਆਂ ਕੀ ਪੜਿਆ ਸੱਚ ਧਿਆਨ ਉਹ ਰਾਜਾ ਚੰਗਾ ਏ ਜਿਨੇ ਸੱਚੇ ਨਿਆਂ ਦੀ ਚੁਲੀ ਕੀਤੀ ਆ ਇਹ ਕੂੜ ਪ੍ਰਤਾਪ ਜਿਹੜਾ ਵਰਤ ਰਿਹਾ ਏ ਸਾਰਾ ਅੱਜ ਕੱਲ ਦੇ ਰਾਜਿਆਂ ਦਾ ਬਲਾਤਕਾਰੀਆਂ ਨੂੰ ਇੱਕ ਸਾਲ ਦੇ ਵਿੱਚ 5-5 6-6 ਵਾਰੀ ਪਰੋਲਾ ਮਿਲ ਜਾਂਦੀਆਂ ਨੇ ਤੇ ਇਹ ਜਿਹੜੇ ਸਿੰਘ ਬੰਦੀ ਸਿੰਘ ਜਿਨ੍ਹਾਂ ਨੇ ਕੌਮ ਦੀ ਲੱਥੀ ਪੱਗ ਸਿਰ ਤੇ ਦੁਬਾਰਾ ਧਰੀ ਏ ਉਹਨਾਂ ਵਾਸਤੇ ਪਰੋਲ ਨਹੀਂ ਹੋ ਸਰਕਾਰ ਕੋਲ ਕਿੱਥੇ ਗਈ ਰਾਜੇ ਚੁਲੀ ਨੇ ਆਮ ਕੀ ਕਿੱਥੇ ਗਈ ਰਾਜੇ ਚੁਲੀ ਨੇ ਆਮ ਕੀ ਸੋ ਇਹ ਸਾਰਾ ਜਿਹੜਾ ਮਸਲਾ ਹੈਗਾ ਏ ਜਦ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਤਦ ਤੱਕ ਇਹ ਮਸਲਾ ਹੱਲ ਨਹੀਂ ਹੋਣਾ ਆਪਣੇ ਮਨ ਵਿੱਚ ਇੱਕ ਗੱਲ ਪੱਕੀ ਕਰ ਲਓ ਮੈਂ ਤੁਹਾਨੂੰ ਇੱਕ ਗੱਲ ਸੁਣਾਣਾ ਵਾ ਮੇਰੇ ਉਸਤਾਦ ਜੀ ਪ੍ਰਿੰਸੀਪਲ ਕਵਰ ਮਹਿੰਦਰ ਪ੍ਰਤਾਪ ਸਿੰਘ ਜੀ ਜੋ ਕਿ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਸਨ ਚੜ੍ਹਾਈ ਕਰ ਗਏ ਹਨ ਉਹ ਬੜਾ ਪ੍ਰਚਾਰ ਕਰਦੇ ਸਨ ਬਚਪਨ ਤੋਂ ਹੀ ਉਹਨਾਂ ਨੂੰ ਲਾਗ ਸੀਗੀ ਬਹੁਤ ਪ੍ਰਚਾਰ ਕਰਦੇ ਸਨ ਤਾਂ ਉਹਨਾਂ ਦੀ ਮਾਤਾ ਉਹਨਾਂ ਨੂੰ ਆਖਦੀ ਰਹਿੰਦੀ ਹੁੰਦੀ ਸੀ ਵੀ ਤੈਨੂੰ ਕੀ ਮਿਲਦਾ ਪ੍ਰਚਾਰ ਕਰਕੇ ਜਦੋਂ ਵੇਖੋ ਰੋਲਾ ਪਾਈ ਰੱਖਦਾ ਮੈਂ ਅੱਜ ਫਲਾਣੀ ਥਾਂ ਤੇ ਜਾਣਾ ਟਰੇਚਰ ਵੰਡਣ ਮੈਂ ਅੱਜ ਫਲਾਣੀ ਥਾਂ ਤੇ ਬੱਚਿਆਂ ਦੀ ਕਲਾਸਾਂ ਨਾਲ ਜਾਣਾ ਗੁਰਮਤ ਪੜ੍ਹਾਉਣ ਜਾਣੀ ਮੈਂ ਇਹ ਕਰਨਾ ਹੈ ਤੂੰ ਕੱਲਾ ਠੇਕਾ ਲੈ ਉਨੇ ਤੂੰ ਕੱਲਾ ਠੇਕਾ ਲਿਆ ਤੇ ਉਹ ਅੱਗੋਂ ਕਹਿੰਦੇ ਹੁੰਦੇ ਸਨ ਹਾਂ ਮਾਤਾ ਮੈਂ ਠੇਕਾ ਲਿਆ ਏ ਸੱਚੇ ਬਾਦਸ਼ਾਹ ਨੇ ਟੈਂਡਰ ਕੱਢੇ ਸੀਗੇ ਤੇ ਉਹ ਮੈਂ ਵੀ ਟੈਂਡਰ ਦਿੱਤੇ ਭਾਰ ਤੇ ਮੇਰਾ ਟੈਂਡਰ ਗਿਆ ਲੱਗ ਤੇ ਮੈਂ ਠੇਕਾ ਲਿਆ ਏ ਤੇ ਜੇ ਆਪਾਂ ਸਾਰੀ ਸਿੱਖ ਕੌਮ ਇਹ ਸਮਝ ਲਵੇ ਆ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣ ਦਾ ਹੀ ਠੇਕਾ ਲਿਆ ਏ ਸਰਕਾਰ ਗੋਡਿਆਂ ਭਾਰ ਹੋ ਜਾਊ ਨਾ ਗੋਡਿਆਂ ਭਾਰ ਹੋਵੇ ਜੋ ਮਰਜ਼ੀ ਕਹਿ ਦੀਓ ਮੈਂ ਦਿੱਲੀ ਮੋਰਚੇ ਤੇ ਵੀ ਇਹ ਗੱਲ ਕਹਿੰਦਾ ਰਿਹਾ ਆਂਾ ਉਥੋਂ ਗੱਲ ਕਰਦੇ ਸੀ ਕਦੇ ਕੁਝ ਕਦੇ ਕੁਝ ਕਦੇ ਕੁਝ ਜਦੋਂ ਕਿਤੇ ਥੋੜੀ ਪਾਰਟੀਬਾਜੀ ਦੀ ਗੱਲ ਹੁੰਦੀ ਸੀ ਨਾ ਤੇ ਮੈਂ ਕਹਿੰਦਾ ਸੀ ਵੀ ਇੱਕ ਕੱਲ ਕਿਉਂ ਨਹੀਂ ਕਹਿੰਦੇ ਤੁਸੀਂ ਭਾਰਤੀ ਕਿਸਾਨ ਮੋਰਚਾ ਕੋ ਤੁਸੀਂ ਇਹਨੂੰ ਫਲਾਣੀ ਯੂਨੀਅਨ ਫਲਾਣੀ ਯੂਨੀਅਨ ਨਾਲ ਨਾ ਜੋੜੋ ਤੁਸੀਂ ਸਾਰੇ ਇੱਕ ਹੋ ਕੇ ਚੱਲੋ ਤੁਸੀਂ ਕੋ ਭਾਰਤੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਮੋਰਚਾ ਸਾਡਾ ਇਹ ਸੰਯੁਕਤ ਭਾਰਤੀ ਕਿਸਾਨ ਮੋਰਚਾ ਏ ਅਲੱਗ-ਅਲੱਗ ਜੇ ਤੁਸੀਂ ਅਲੱਗ-ਅਲੱਗ ਹੋਵੋਗੇ ਉਹਨਾਂ ਨੂੰ ਤੋੜਨਾ ਬੜਾ ਸੌਖਾ ਏ ਉਹ ਤਾਂ ਚਾਹੁੰਦੇ ਨੇ ਤੁਸੀਂ ਲੜੋ ਮਰੋ ਪਾੜੋ ਤੇ ਰਾਜ ਕਰੋ ਦੀ ਨੀਤੀ ਜਿਹੜੀ ਸੀ ਉਹ ਅੰਗਰੇਜ਼ ਨਹੀਂ ਵਰਤਦੇ ਸੀਗੇ ਆ ਜਿਹੜੇ ਕਾਲੇ ਅੰਗਰੇਜ਼ ਨੇ ਨਾ ਇਹ ਉਹਦੂ ਵੱਧ ਵਰਤਦੇ ਨੇ ਆ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਝਾੜੂ ਸਰਕਾਰ ਬਣੀ ਏ ਸਾਨੂੰ ਕੀ ਲੱਗ ਤੁਹਾਨੂੰ ਕੀ ਲੱਗਦਾ ਇਹ ਝਾੜੂ ਸਰਕਾਰ ਏ ਇਹ ਆਮ ਆਦਮੀ ਪਾਰਟੀ ਏ ਇਹ ਭਾਜਪਾ ਦੀ ਬੀ ਟੀਮ ਏ ਏ ਝਾੜ ਪਾਏ ਝਾੜ ਪਾ ਉਹਨਾਂ ਨੇ ਵੇਖਿਆ ਪੰਜਾਬ ਵਾਲੇ ਬੰਦੇ ਸਾਡੇ ਕੋਲੋਂ ਸੂਤਰ ਨਹੀਂ ਆਉਂਦੇ ਇਹ بڑے ਅਖੜ ਨੇ ਇਹ بڑے ਸਵੈਮਾਨ ਵਾਲੇ ਨੇ ਉਹਨਾਂ ਚੱਕ ਕੇ ਆ ਜਿਹੜੀ ਨਾ ਆ ਝਾੜੂ ਪਾਰਟੀਏ ਵਿੱਚ ਵਾੜਤੀ ਵੀ ਚਲੋ ਇਹਨੂੰ ਤਾਂ ਮੇਰੇ ਲਈ ਜਾਣ ਗਈਆਂ ਸਾਡੇ ਪੰਜਾਬੀਆਂ ਨੇ ਭੋਲੇ ਭਾ ਇਹਨਾਂ ਨੂੰ ਬਣਾ ਲਿਆ ਹਮ ਉਹ ਕਹਿੰਦਾ ਲਾਲਾ ਹਮ ਗੁਰੂ ਗ੍ਰੰਥ ਸਾਹਿਬ ਜੀ ਕੀ ਬੇਦਵੀਂ ਦਾ ਇਨਸਾਫ ਦੇਂਗੇ ਮੈਂ ਆਪਕੋ ਵਿਸ਼ਵਾਸ ਦਿਲਾਤਾ ਹੂੰ ਕਿ 1 ਹਫਤੇ ਮੇ ਦੋਸ਼ੀ ਅੰਦਰ ਹੋਣਗੇ ਕਿੱਥੇ ਗਿਆ ਇਹ ਹਫਤਾ ਲਾਲਾ ਜੀ ਤੁਹਾਡਾ ਐਮਐਲਏ ਬੋਲੀ ਜਾਂਦਾ ਏ ਉਹ ਤੁਹਾਡਾ ਕੁਮਰ ਪ੍ਰਤਾਪ ਸਿੰਘ ਐਮਐਲਏ ਆ ਤੁਹਾਡਾ ਆਮ ਆਦਮੀ ਪਾਰਟੀ ਦਾ ਉਹ ਬੋਲੀ ਜਾਂਦਾ ਏ ਉਹ ਮੇਰੇ ਕੋ ਸਬੂਤ ਹੈਗੇ ਨੇ ਬੰਦੇ ਅੰਦਰ ਸਿੱਟੋ ਬਰਗਾੜੀ ਕਾਂ ਦੇ ਦੋਸ਼ੀ ਅੰਦਰ ਸਿੱਟੋ ਗੁਰੂਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਦੇ ਬੰਦੇ ਅੰਦਰ ਸਿੱਟੋ ਕਿੱਥੇ ਮਰਿਓ ਤੁਸੀਂ ਕਿੱਥੇ ਗਿਆ ਲਾਲਾ ਹੁਣ ਨਹੀਂ ਲਾਲਾ ਬੋਲਦਾ ਹੁਣ ਭੰਡ ਵੀ ਉਹਦੇ ਗੁਣ ਗਾਈ ਜਾਂਦਾ ਅਸੀਂ ਸੱਚੀ ਬੜੇ ਭੋਲੇ ਆ ਵਰਗ ਲਾਈ ਜਾ ਰਹੇ ਆ ਪਰ ਆਪਾਂ ਹੁਣ ਵਰਗ ਲਾਣਾ ਨਹੀਂ ਹੁਣ ਆਪਾਂ ਵਰਗ ਲੈਣਾ ਨਹੀਂ ਕਿਸੇ ਕੋਲੋਂ ਚੇਤੇ ਰੱਖਿਓ ਇਹ ਸੱਚ ਦਾ ਹੋਕਾ ਦਿੱਤੇ ਬਿਨਾ ਇਕੱਠੇ ਹੋਏ ਬਿਨਾ ਗੱਲ ਨਹੀਂ ਬਣਣੀ ਸਤਿਗੁਰੂ ਆਗੂ ਜਾਣੀਏ ਬਾਹ ਪਕੜੁੰਦੇ ਨੇ ਉਦਾਰੇ ਗੁਰੂ ਗ੍ਰੰਥ ਸਾਹਿਬ ਨੂੰ ਆਗੂ ਮੰਨ ਕੇ ਆਪਣੇ ਆਪਣੀ ਧੜੇਬੰਦੀ ਛੱਡ ਦਿਓ ਇਥੇ ਆਣ ਕੇ ਮੈਂ ਪਿਛਲੇ ਦਿਨੀ ਮੈਂ ਫੇਸਬੁੱਕ ਤੇ ਸੁਣ ਰਿਹਾ ਸੀ ਮੈਨੂੰ ਬੜਾ ਮਾੜਾ ਲੱਗਿਆ ਕਿ ਇਥੇ ਆਣ ਕੇ ਕੋਈ ਇੱਕ ਸੰਸਥਾ ਦਾ ਬੰਦਾ ਆਗੂ ਉਹ ਆ ਕੇ ਗੱਲ ਕਰ ਜਾਂਦਾ ਦੂਜਾ ਉਹਦੀ ਗੱਲ ਕੱਟਦਾ ਤੀਜਾ ਉਹਦੀ ਗੱਲ ਉਹ ਇਹ ਹੋਂਤਾ ਚਾਹੁੰਦੇ ਨੇ ਅਗਲੇ ਵੀ ਇਹ ਲੜਨ ਮਰਨ ਛੱਡ ਦਿਓ ਇੱਕ ਪਿਓ ਦੇ ਪੰਜ ਪੁੱਤ ਨੇ ਉਹਨਾਂ ਦੀ ਆਪਸੀ ਰਾਏ ਨਹੀਂ ਮਿਲਦੀ ਹੁੰਦੀ ਤੇ ਜਦੋਂ ਪਿਓ ਦੀ ਕੋਈ ਪੱਗ ਨੂੰ ਹੱਥ ਪਾਵੇ ਨਾ ਤੇ ਸਾਰੇ ਇਕੱਠੇ ਹੋ ਕੇ ਬਹਿ ਜਾਂਦੇ ਨੇ ਉਹਨੂੰ ਫੇਰ ਨਹੀਂ ਉਹ ਵੇਖਦੇ ਹੈਗੇ ਕਿ ਸਾਡੀ ਤਾਂ ਆਪਸ ਬਣਦੀ ਨਹੀਂ ਉਹ ਮੇਰੇ ਨਾਲ ਮੈਂ ਇਹਦੇ ਨਾਲ ਨਹੀਂ ਤੁਰਨਾ ਕਦੇ ਹੋਇਆ ਜੇ ਜਿਹੜੇ ਸਿਆਣੇ ਹੁੰਦੇ ਨੇ ਨਾ ਭਾਵੇਂ ਆਪਸ ਵਿੱਚ ਵਖਰੇਵਾ ਹੋਵੇ ਜਦੋਂ ਭੀੜ ਬਣਦੀ ਹੈ ਨਾ ਤੇ ਸਾਰੇ ਇਕੱਠੇ ਹੋ ਕੇ ਅਗਲੇ ਦੁਸ਼ਮਣ ਨੂੰ ਤਾੜ ਦਿੰਦੇ ਆ ਡੜ ਕੇ ਰੱਖ ਦਿੰਦੇ ਆ ਇਕੱਠੇ ਹੋ ਜਾਂਦੇ ਆ ਉਹ ਤੁਸੀਂ ਵੀ ਇਕੱਠੇ ਹੋ ਜਾਓ ਆ ਬੰਦੀ ਸਿੰਘਾਂ ਨੂੰ ਬਾਹਰ ਕਢਾ ਲਈਏ ਆ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਜਿਹੜੇ ਕੀ ਆ ਸ਼੍ਰੋਮਣੀ ਕਮੇਟੀ ਨੇ ਨਰੈਣੂਆਂ ਦਾ ਵਰਤਾਰਾ ਵਰਤ ਕੇ ਉੱਥੋਂ ਦੀ ਸਿੰਘਾਂ ਨੂੰ ਛਲੀਆਂ ਵਾਂਗ ਕੁੱਟ ਕੇ ਬਾਹਰ ਕੱਢਿਆ ਸੀਗਾ ਕਿਉਂ ਕੱਢਿਆ ਸੀਗਾ ਨਾ ਆਦੀ ਕੋਈ ਨਹੀਂ ਖੜਦਾ ਨਾ ਆਦੀ ਕੋਈ ਨਹੀਂ ਖੜਦਾ ਆਪਾਂ ਇਕੱਠੇ ਹੋਈਏ ਇੱਕ ਮੁੱਠ ਹੋ ਕੇ ਚੱਲੀਏ ਦਿੱਲੀ ਮੋਰਚੇ 'ਚ ਮੈਂ ਗੱਲ ਕਹੀ ਸੀਗੀ 135 ਕਰੋੜ ਇਸ ਮੁਲਕ ਦੀ ਜਿਹੜੀ ਹੈਗੀ ਜਨਸੰਖਿਆ ਏ 1% 1% 1 ਕਰੋੜ 35 ਲੱਖ ਬੰਦਾ ਦਿੱਲੀ ਦੀਆਂ ਬਰੂਹਾਂ ਤੇ ਖੜਾ ਹੋ ਜਾਵੇ ਭਾਰਤ ਸਰਕਾਰ ਗੋਡਿਆਂ ਤੇ ਆ ਜਾਏਗੀ 24 ਘੰਟਿਆਂ ਦੇ ਵਿੱਚ ਵਿੱਚ ਨਾ ਵੀ ਤੇ ਜੋ ਮਰਜ਼ੀ ਕਹਿ ਦਿਓ ਸੋ ਸੱਚ ਦਾ ਓਕਾ ਸਾਨੂੰ ਇਕੱਠਿਆਂ ਹੋ ਕੇ ਦੇਣਾ ਪਏਗਾ ਇੱਕ ਛੋਟੀ ਜੀ ਗੱਲ ਕਹਿ ਕੇ ਸਮਾਪਤੀ ਕਰਾਂਗਾ ਇੱਕ ਵਾਰੀ ਇੱਕ ਬੰਦਾ ਜਾਂਦਾ ਏ ਮੁੰਡਾ ਜਾਂਦਾ ਏ ਢੋਲੀ ਕੋਲ ਆਂਦਾ ਮੈਂ ਢੋਲ ਸਿੱਖਣਾ ਆਂਦਾ ਠੀਕ ਹੈ ਢੋਲ ਸਿੱਖਣਾ ਆ ਜਾ ਫਿਰ ਉਹਨੂੰ ਢੋਲ ਵਜਾਉਣਾ ਸਿਖਾਉਂਦਾ ਉਹਨੂੰ ਲੈਸਨ ਦਿੰਦਾ ਕਹਿੰਦਾ ਬੇਟਾ ਜਾ ਕੇ ਅਭਿਆਸ ਕਰਨਾ ਏ ਅਭਿਆਸ বিনা ਤੂੰ ਪੱਕਾ ਨਹੀਂ ਹੋ ਸਕੇਗਾ ਉਹ ਜਾਂਦਾ ਏ ਘਰ ਘਰ ਜਾ ਕੇ ਅਭਿਆਸ ਕਰਦਾ ਏ ਗਵਾਂਡੀਆਂ ਦੀ ਕੁੱਤੀ ਰੱਖੀ ਹੁੰਦੀ ਏ ਉਹ ਜਿਵੇਂ ਅਭਿਆਸ ਸ਼ੁਰੂ ਕਰਦਾ ਉਹ ਕੁੱਤੀ ਬੜਾ ਭੌਂਕਦੀ ਏ ਉਹ ਐਨਾ ਕੁੱਤੀ ਭੌਂਕਦੀ ਏ ਤੇ ਉਹ ਉਹਦੇ ਕੋ ਅਭਿਆਸ ਦੇ ਬੋਲ ਉਹ ਸੁਣਦੇ ਹੀ ਨਹੀਂ ਉਹਨੂੰ ਫਿਰ ਉਹ ਅਭਿਆਸ ਵਿੱਚੇ ਛੱਡ ਦਿੰਦਾ ਅਗਲੇ ਦਿਨ ਗਿਆ ਅਧਿਆਪਕ ਨੇ ਪੁੱਛਿਆ ਢੋਲੀ ਨੇ ਪੁੱਛਿਆ ਵੀ ਭਾਈ ਅਭਿਆਸ ਕੀਤਾ ਸੀ ਆਂਦਾ ਮਹਾਰਾਜ ਮੈਂ ਅਭਿਆਸ ਕਰੋਂ ਕਰਾਂ ਮੈਂ ਢੋਲ ਵਜਾਣਾ ਸ਼ੁਰੂ ਕਰਦਾ ਗਵਾਂਡੀਆਂ ਦੀ ਕੁੱਤੀ ਰੱਖੀ ਐ ਆਂਦਾ ਉਹ ਬੜੀ ਭੁੱਖਦੀ ਐ ਮੈਨੂੰ ਅਭਿਆਸ ਵਿੱਚੇ ਹੀ ਛੱਡਣਾ ਪੈਂਦਾ ਕਹਿੰਦਾ ਅੱਛਾ ਕਿੰਨਾ ਟਾਈਮ ਕੀਤਾ ਅਭਿਆਸ ਕਹਿੰਦਾ ਘੰਟਾ ਕਹਿੰਦਾ ਐਦਾਂ ਕਰ ਤੂੰ 2 ਘੰਟੇ ਢੋਲ ਵਜਾਈਂ ਅਭਿਆਸ 2 ਘੰਟੇ ਕਰੀ ਉਹ ਐਦਾਂ ਹੀ ਕਰਦਾ ਜੀ ਆਣ ਕੇ 2 ਘੰਟੇ ਢੋਲ ਵਜਾਉਂਦਾ ਪਰ ਉਹ ਕੁੱਤੀ ਬੜੀ ਐ ਗੋਦੀ ਉਹਦੂ ਵੀ ਤਾਂ ਹੁੰਦੀ ਐ ਭੌਂਕੀ ਜਾਂਦੀ ਭੌਂਕੀ ਜਾਂਦੀ ਭੌਂਕੀ ਜਾਂਦੀ ਐ ਚਲੋ ਨਿੰਮੋ ਝੂਣਾ ਹੋ ਜਾਂਦਾ ਵਿਚਾਰਾ ਸਵੇਰੇ ਜਾਂਦਾ ਕਹਿੰਦਾ ਢੋਲੀ ਕਹਿੰਦਾ ਵੀ ਹਾਂ ਭਾਈ ਮੁੰਡਿਆਂ ਅਭਿਆਸ ਕੀਤਾ ਆਂਦਾ ਮਹਾਰਾਜ ਕੁੱਤੀ ਦਾ ਬੜੀ ਸ਼ੇਰ ਏ ਉਹ ਨਹੀਂ ਹਟਦੀ ਆਂਦਾ ਇੱਕ ਮੇਰੀ ਗੱਲ ਮੰਨ ਧਿਆਨ ਨਾਲ ਸੁਣ ਮੇਰੀ ਗੱਲ ਧਿਆਨ ਨਾਲ ਇੱਕ ਦਿਨ ਨਾ ਜੋਰ ਲਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੀਕਰ ਵਜਾਈ ਚੱਲ ਢੋਲ ਕੋਈ ਨਹੀਂ ਵੇਖੀ ਚੱਲ ਫਿਰ ਕਿਹੜਾ ਕੁੱਤੀ ਜਿੱਦੀ ਕਿ ਤੂੰ ਜਿੱਤਦਾ ਉਹ ਕਰਦਾ ਜੀ ਸਵੇਰੇ ਸ਼ੁਰੂ ਹੋ ਜਾਂਦਾ ਢੋਲ ਵਜਾਣਾ ਖਾ ਪੀ ਕੇ ਪੂਰਾ ਜੋਰ ਨਾਲ ਢੋਲ ਵਜਾਉਂਦਾ ਕੁੱਤੇ ਵੀ ਭੌਂਕੀ ਜਾਂਦੀ ਏ ਭੌਂਕੀ ਜਾਂਦੀ ਏ ਚਲੋ ਸਾਰਾ ਦਿਨ ਜਾਂਦਾ ਲੰਘ ਅਗਲੇ ਦਿਨ ਜਾਂਦਾ ਢੋਲੀ ਨੂੰ ਪੁੱਛਦਾ ਢੋਲੀ ਨੂੰ ਪੁੱਛਦਾ ਵੀ ਹਾਂ ਬਈ ਕਾਕਾ ਢੋਲ ਵਜਾਇਆ ਅਭਿਆਸ ਕੀਤਾ ਕਹਿੰਦਾ ਹਾਂ ਜੀ ਕੀਤਾ ਬੜਾ ਖੁਸ਼ ਸੀਗਾ ਹਾਂ ਜੀ ਹਾਂ ਜੀ ਕੀਤਾ ਅਭਿਆਸ ਕੀਤਾ ਕਹਿੰਦਾ ਫਿਰ ਕੁੱਤੀ ਕਹਿੰਦਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਡੱਬ ਕੇ ਢੋਲ ਵਜਾਇਆ ਕਹਿੰਦਾ ਸ਼ਾਮ ਤਾਂ ਕੁੱਤੀ ਗਈ ਮਰ ਵਾਹ ਜਿਹੜੀਆਂ ਸਰਕਾਰਾਂ ਆ ਸਾਡੇ ਯੋਧਿਆਂ ਨੂੰ ਅੱਤਵਾਦੀ ਕਹਿੰਦੀਆਂ ਨੇ ਇਹੋ ਜਿਹੀਆਂ ਕੁੱਤੀਆਂ ਵੀ ਮਰ ਜਾਣੀਆਂ ਜੇ ਜਦੋਂ ਆਪਾਂ ਇਕੱਠੇ ਹੋ ਕੇ ਚੱਲਾਂਗੇ ਸੱਚ ਦਾ ਢੋਲ ਵਜਾਣਾ ਪਏਗਾ ਇਕੱਠੇ ਆਉਣਾ ਪਏਗਾ ਜੇ ਇਕੱਠੇ ਨਹੀਂ ਹੋਵਾਂਗੇ ਇਕੱਲੇ-ਇਕੱਲੇ ਤੋੜ-ਤੋੜ ਸਿੱਟੀ ਜਾਣਗੇ ਅਗਲੇ ਇਕੱਠੇ ਆਉਣਾ ਪਏਗਾ ਅੱਜ ਕੋਈ ਸਿੰਘ ਚਲਾ ਜਾਂਦਾ ਨਾ ਜੇਲ੍ਹ ਵਿੱਚ ਤੇ ਮੁਲਾਕਾਤ ਹੀ ਨਹੀਂ ਕੋਈ ਜਾਂਦਾ ਮੈਂ ਬੜਾ ਸੱਚੀ ਗੱਲ ਕਰ ਰਿਹਾ ਵਾਂ ਕੋਈ ਮੁਲਾਕਾਤ ਹੀ ਨਹੀਂ ਜਾਂਦਾ ਤੇ ਉਹ ਵਿਚਾਰਾ ਅੰਦਰ ਉਹਦਾ ਮਨ ਉਹਲੀ ਟੁੱਟ ਜਾਂਦਾ ਵੀ ਯਾਰ ਮੈਂ ਕੋਮ ਲਈ ਇੰਨਾ ਕੁਝ ਕੀਤਾ ਮੇਰਾ ਮੁਲਾਕਾਤ ਹੀ ਕੋਈ ਨਹੀਂ ਆਇਆ ਮੈਨੂੰ ਮਿਲਣ ਵਾਸਤੇ ਕੁਝ ਨਹੀਂ ਭਾਲਦੇ ਤੁਹਾਡੇ ਕੋਲੋਂ ਕੁਝ ਨਹੀਂ ਭਾਲਦੇ ਅਗਲੇ ਸਿਰਫ ਇਹ ਹੁੰਦਾ ਵੀ ਵੀਰਿਆ ਤੂੰ ਜਿਹੜੀ ਕੁਰਬਾਨੀ ਕੀਤੀ ਅਸੀਂ ਤੇਰੇ ਨਾਲ ਖੜੇ ਆ ਐਨੇ ਨੂੰ ਹੀ ਅਗਲਾ ਚੋੜਾ ਹੋ ਜਾਂਦਾ ਆ ਗੁਰੂ ਸਾਹਿਬ ਦੇ ਬੱਚੇ ਮੇਰੇ ਨਾਲ ਖੜੇ ਨੇ ਮੇਰੇ ਸਿਰ ਦੇ ਉੱਤੇ ਨੇ ਮੈਨੂੰ ਕੌਣ ਮਾਰ ਸਕਦਾ ਤੇ ਆਪਾਂ ਆਪਣਾ ਫਰਜ਼ ਪਛਾਣਣੀ ਏ ਆਪਾਂ ਇਹਨਾਂ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਲੱਗਿਆ ਇੱਥੇ ਹਾਜ਼ਰੀਆਂ ਭਰੀਏ ਵੱਧ ਤੋਂ ਵੱਧ ਤਾਂ ਕਿ ਅੰਨੀ ਬੋਲੀ ਸਰਕਾਰ ਦੇ ਕੰਨ ਖੁੱਲ ਜਾਣ ਕਿ ਇਹ ਕੌਮ ਜਾਗਦੀ ਏ ਸੋ ਇਨੀਆਂ ਬੇਨਤੀਆਂ ਪ੍ਰਮਾਨ ਕਰਨੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹਨਾਂ ਭਾਈ ਸੁਖਿੰਦਰ ਸਿੰਘ ਜੀ ਚੱਕਰ ਭਗਤਪੂਰ ਸਿੰਘ ਜੀ World Owner Society ਤੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਸਾਨੂੰ ਯੁਕਤੀ ਦੱਸੀ ਕਿ ਭਾਈ ਆਪਾਂ ਇਕੱਠੇ ਹੋਗੇ ਢੋਲ ਵਜਾਣਾ ਸੱਚ ਦਾ ਢੋਲ ਵਜਾਣਾ ਪਰ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਜਿਉਂ-ਜਿਉਂ ਆਪਾਂ ਆਪਣੇ ਅਲੱਗ-ਅਲੱਗ ਢੜੇ ਬੰਦਿਆਂ 'ਚ ਵੰਡਾਂਗੇ ਤਾਂ ਫਿਰ ਉਹ ਅਲੱਗ-ਅਲੱਗ ਢੜੇ ਬੰਦਿਆਂ ਨੂੰ ਜਿਹੜੇ ਹੈ ਖਰੀਦ ਲੰਦੇ ਆ ਕਿ ਜਨੂ ਜਿਹੜਾ ਡਰਾ ਦਿੰਦੇ ਹੈਗੇ ਇਸ ਕਰਕੇ ਉਹ ਇਕੱਠੇ ਨਹੀਂ ਹੋ ਸਕਦੇ ਤਾਂ ਆਪਾਂ ਇਕੱਠੇ ਹੋ ਕੇ ਇਹ ਜਿਹੜਾ ਮੋਰਚਾ ਹੈ ਇਹ ਜਿੱਤਣਾ ਹੈਗਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਭਾਈ ਅਮਰੀਕ ਸਿੰਘ ਲੁਧਿਆਣੇ ਵਾਲੇ ਉਹ ਆਪ ਜੀ ਨੂੰ ਕਵਤਾ ਦੁਆਰਾ ਨਿਹਾਲ ਕਰਨਗੇ ਤੇ ਉਹਨਾਂ ਤੋਂ ਬਾਅਦ ਭਾਈ ਸੁਰਜੀਤ ਸਿੰਘ ਜੀ ਦੌਂਦੌ ਸਾਹਿਬ ਤਲਵੰਡੀ ਸਾਬੋ ਤੋਂ ਆਏ ਆਗੇ ਉਹ ਵੀ 2 ਮਿੰਟ ਲਈ ਆਪਣੇ ਜਿਹੜੇ ਸੰਗਤਾਂ ਦੇ ਦਰਸ਼ਨ ਕਰਨਗੇ ਤੇ ਸਾਡੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਰ ਪ੍ਰਧਾਨ ਜਿਹੜਾ ਗੁਲਜਾਰਪੁਰ ਤੋਂ ਪਹੁੰਚੇ ਆ ਤੇ ਭਾਈ ਕ੍ਰਾਂਤੀਕਾਰੀ ਪੰਜਾਬ ਭਾਰਤੀ ਕ੍ਰਾਂਤੀਕਾਰੀ ਪੰਜਾਬ ਬਲਾਕ ਪ੍ਰਧਾਨ ਪਾਤੜਾ ਸੀਨੀਅਰ ਵੀਤ ਪ੍ਰਧਾਨ ਲਖਵਿੰਦਰ ਸਿੰਘ ਚੀਮਾ ਖਾਲਸਾ ਜੀ ਤੇ ਪਿੰਡ ਸ਼ੇਰਗੜ ਤਹਿਸੀਲ ਪਾਤੜਾ ਤੋਂ ਪਟਾੜੇ ਤੋਂ ਵੱਡੀ ਸੰਗਤ ਲੈ ਕੇ ਆਏ ਆ ਇਹਨਾਂ ਦਾ ਵੀ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਆਓ ਇਹਨਾਂ ਪਾਸੇ ਆਪਾਂ ਹੁਣ ਇੱਕ ਦੋ ਕਵਿਤਾ ਸਰਵਣ ਕਰੀਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ